ਆ ਬਾਈ ਹੋਰਾਂ ਨੇ ਬਹੁਤ ਵਧੀਆ ਮਾਹੌਲ ਬਣਾਇਆ ਹੋਇਆ ਇੱਥੇ, ਘਰੋਂ ਆ ਜੀ ਤਾਂ ਇੱਥੇ ਲੰਮੇ ਪੈ ਜੀ। ਹਾਂਜੀ ਘਰੋਂ ਆਣ ਕੇ ਲੰਮੇ ਪੈ ਜੀ ਤਾਂ। ਅੱਛਾ ਘਰ ਨਹੀਂ ਲੰਮੇ ਪੈਣ ਦਿੰਦੇ? ਨਾ ਘਰੇ ਤਾਂ ਪੈ ਜੀਦਾ ਆਣ ਕੇ। ਮਤਲਬ ਘਰੋਂ ਦੁਖੀ ਹੋ ਗਏ ਹੁੰਦੇ? ਨਹੀਂ ਨਹੀਂ ਅੱਛਾ ਇਹ ਖੁਸ਼ੀ ਨਹੀਂ, ਸਭ ਦੇ ਹੁੰਦੇ ਆਪਣੇ। ਹਾਂਜੀ ਸਭ ਦੇ ਪਏ ਹੁੰਦੇ। ਅੱਛਾ ਸੌਦੇ ਪਏ ਹੁੰਦੇ ਤੇ ਨਾਲ ਹੀ ਆ ਕੇ ਸੌਦਿਆਂ ਤੇ ਤੁਸੀਂ ਪੈ ਜਾਂਦੇ ਹੋ। ਇਹ ਆ ਸੌਦਾ ਖਰਾ ਖਰਾ। ਅੱਛਾ ਭਾਜੀ ਤੁਸੀਂ ਵੇਖਿਆ ਹੋਗਾ ਸ਼ਰਾਬ ਦੀ ਬੋਤਲ ਤੇ ਨਾ ਲਿਖਿਆ ਹੁੰਦਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਆ। ਫਿਰ ਵੀ ਲੋਕੀ ਪੀਂਦੇ ਇੰਨੀ ਜ਼ਿਆਦਾ, ਇੰਨੇ ਠੇਕੇ ਖੁੱਲੇ ਆ ਤੁਹਾਡੇ ਹਿਸਾਬ ਨਾਲ ਕੀ ਕਿਉਂ? ਠੇਕੇ ਅੱਧਿਓ ਜ਼ਿਆਦਾ ਬੰਦ ਹੋਣੇ ਚਾਹੀਦੇ ਆ ਜੀ। ਅੱਧਿਓ ਜਾਂ ਬਾਕੀ ਜਿਹੜੇ ਅੱਧੇ ਖੁੱਲੇ ਰਹਿਣਗੇ ਲੋਕਾਂ ਨੂੰ ਉੱਥੇ ਲੈ ਜਾਣੀ? ਜਵੈਨ ਕਰਨ ਵਾਸਤੇ ਜਿਹੜਾ ਬੰਦਾ ਪੀਂਦਾ ਉਹ ਪੀਵੇ ਜੀ। ਅੱਛਾ ਬਾਕੀ ਅੱਧੇ ਜਿਹੜੇ ਗਰੀਬਾਂ ਵਾਸਤੇ ਉਹ ਸਾਰੇ ਬੰਦ ਹੋਣੇ ਚਾਹੀਦੇ। ਗਰੀਬਾਂ ਵਾਸਤੇ ਠੇਕੇ ਵੱਖਰੇ ਆ? ਹਾਂਜੀ ਹਾਂਜੀ ਹਾਂਜੀ। ਉਹ ਜਿਹੜੀ ਸਸਤੀ ਦਿੰਦੇ ਉਹ ਗਰੀਬ ਵੀ ਪੀ ਸਕਦੇ, ਦੂਜਾ ਤਾਂ ਕੋਈ ਪੀਂਦਾ ਨਹੀਂ। ਅੱਛਾ ਅੱਛਾ ਇਹ ਵੀ ਚੱਕਰ ਹੈਗਾ ਜੀ, ਕੋਈ ਗਰੀਬਾਂ ਵਾਸਤੇ ਠੇਕੇ ਵੱਖਰੇ। ਸ਼ਰਾਬ 'ਚ ਵੀ ਵਿਤਕਰਾ ਕੀਤਾ ਜਾਂਦਾ ਮੇਰੀ ਗਰੀਬੀ ਦਾ? ਨਹੀਂ ਪਰ ਮੈਂ ਸੁਣਿਆ ਜਿਹੜੀ ਦੇਸੀ ਸ਼ਰਾਬ ਆ ਜਿਹਨੂੰ ਤੁਸੀਂ ਸਸਤੀ ਕਹਿ ਦਿੰਦੇ, ਸਸਤੀ ਕਿਹੜੀ ਹੁੰਦੀ ਵੈਸੇ? ਉਹ ਦੇਸੀ ਹੁੰਦੀ ਹੈ ਜੀ। ਕੀ ਨਾਂ ਪਤਾ ਕਿਸੇ ਦਾ? ਪੰਜਾਬ ਕਿੰਗ। ਪੰਜਾਬ ਕਿੰਗ, ਕਿਆ ਬਾਤ ਆ, ਸ਼ਰਾਬ ਦਾ ਨਾਂ ਪੰਜਾਬ ਕਿੰਗ। ਹਾਂਜੀ ਕੈਸ਼। ਅੱਛਾ ਜੀ ਸੌਫੀਆ। ਹਾਂ ਜਿੰਨ। ਹਾਂ ਤੇ ਦੇਸੀ ਘਰ ਦੀ ਗੁੜ ਦੀ। ਭਾਈ ਤੁਹਾਨੂੰ ਇੰਨੀ ਨੌਲੇਜ, ਤੁਹਾਡੇ ਆਪਣੇ ਤੇ ਨਹੀਂ ਠੇਕੇ ਤਿੰਨ ਚਾਰ ਸਾਰ ਹੈਗੇ ਆ ਜੀ, ਰੱਖੇ ਅਸੀਂ ਛੱਡ ਦਿੱਤੇ ਹੁਣ। ਅੱਛਾ ਪਹਿਲਾਂ ਰੱਖੇ ਸੀਗੇ, ਤੁਸੀਂ ਆਪ ਪੀਂਦੇ ਸ਼ਰਾਬ? ਵਾਧੂ ਪੀਦੀ ਹੁਣ ਛੱਡਦੀ ਹੈ। ਅੱਛਾ ਪਹਿਲਾਂ ਵਾਧੂ ਪੀਵੀ ਦੀ ਸੀ, ਇੰਨੀ ਜ਼ਿਆਦਾ ਵਾਧੂ ਪੀ ਕੇ ਇਹਨਾਂ ਲੱਗਾ ਯਾਰ ਜ਼ਿਆਦਾ ਪੀਤੀ ਕਿ ਛੱਡ ਦਿਓ ਹੁਣ, ਪੂਰਾ ਕਰ ਲਿਆ ਜੀ। ਅੱਛਾ ਬਾਕੀ ਹੁਣ ਦੂਸਰਿਆਂ ਨੂੰ ਦੇਤਾ ਜੀ। ਅੱਛਾ ਦੂਜਿਆਂ ਨੂੰ ਦੇਤਾ, ਛੱਡੀ ਕਿਉਂ ਵੈਸੇ? ਛੱਡੀ ਵੈਸੇ ਖੁਸ਼ੀ ਨਾਲ ਹੀ ਜੀ। ਅੱਛਾ ਖੁਸ਼ੀ ਨਾਲ ਲੋਕੀ ਗਮ 'ਚ ਛੱਡਦੇ ਆ ਹੈਨਾ, ਦੁਖੀ ਹੋ ਕੇ ਛੱਡਦੇ ਆ, ਇਹ ਸ਼ਰਾਬ ਪੀ ਕੇ ਇੰਨਾ ਜ਼ਿਆਦਾ ਖੁਸ਼ ਹੋ ਕੇ ਇਹਨਾਂ ਲੱਗਾ ਯਾਰ ਛੱਡ ਦਿਓ। ਅੱਛਾ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਵਾਧੂ ਪੀਂਦੇ ਸੀ, ਕਿ ਸ਼ਰਾਬ ਪੀ ਕੇ ਕਦੇ ਡਿੱਗੇ ਡੁੱਗੇ ਇੱਧਰ? ਨਹੀਂ ਡਿੱਗੇ ਨਹੀਂ, ਲੋਕਾਂ ਨੂੰ ਡਿੱਗਦੇ ਹਾਂ। ਲੋਕਾਂ ਨੂੰ ਉਹ ਕਿੱਦਾਂ ਧੱਕਾ ਮਾਰ ਦਿੰਦੇ ਸ਼ਰਾਬ ਪੀ ਕੇ? ਮਾਰ ਕੇ ਵੀ ਜਾਣਾ ਆਪਣੇ ਘਰ, ਕਿਸੇ ਨੂੰ ਡਿੱਗਣ ਦੀ ਲੋੜ ਨਹੀਂ, ਨਾ ਕੋਈ ਗੱਲ ਨਾ ਕੋਈ ਬਾਤ ਜੀ। ਤੇ ਕਿਸੇ ਨਾਲ ਲੜਾਈ ਨਹੀਂ ਹੋਈ ਸ਼ਰਾਬ ਪੀ ਕੇ? ਨਹੀਂ ਜੀ, ਇਹੋ ਜਿਹਾ ਕੰਮ ਨਹੀਂ ਕੀਤਾ ਕਦੇ। ਅੱਛਾ ਤੁਸੀਂ ਪੀ ਕੇ ਤਾਂ ਆਰਾਮ ਨਾਲ ਚੁੱਪ ਕਰਕੇ ਸੌਂ ਜਾਂਦੇ? ਘਰ ਚੱਲ ਜਾਣਾ ਜੀ ਬਸ। ਅੱਛਾ ਅੱਛਾ ਚਲੋ ਭਾਈ ਹੋਰਾਂ ਨੇ ਸ਼ਰਾਬ ਛੱਡ ਦਿੱਤੀ ਆ ਵਾਧੂ ਪੀ ਕੇ, ਪਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਵਾਧੂ ਪੀ ਕੇ ਛੱਡਣਗੇ ਘੱਟ? ਛੱਡ ਹੀ ਦੇਣ, ਕੀ ਹੋਣਗੇ? ਕਿਉਂਕਿ ਐਕਸਪੀਰੀਅੰਸ ਹੈ ਨਾ ਉਹਨਾਂ ਦਾ, ਹੈਗਾ ਇਹਨਾਂ ਦੀ ਗੱਲ ਮੰਨੋ ਬਾਈ।